ਸਵਾਗਤ ਆ ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ 9780205013। ਅੱਜ ਦੀ ਵੀਡੀਓ ਪਿੰਡ ਟਹਿਣਾ ਤਹਿਸੀਲ ਅਤੇ ਜ਼ਿਲ੍ਹਾ ਨੂੰ ਦੋਸਤੋ ਫਰੀਦਕੋਟ ਰਹਿਣ ਦਾ। ਅੱਜ ਦੀ ਵੀਡੀਓ ਵਿੱਚ ਬਾਈ ਕੋਲ 3 ਨਾਗਾ ਵਿਕਾਊ ਆ ਜਿਹੜੇ ਸਾਹਮਣੇ ਸਕਰੀਨ 'ਤੇ ਵੇਖ ਰਹੇ ਹੋ। ਸਸਤੇ ਭਾਲੀਆਂ ਵੈੜਾਂ, ਸੂਈ ਸਵਾਈ ਵੈੜ, ਗੱਬਣ ਵੈੜ, ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਜ਼ਿਆਦਾ ਗੱਲਾਂ ਬਾਤਾਂ ਇਹਨਾਂ ਬਾਰੇ ਬਾਈ ਨਾਲ ਕਰ ਲੈਂਦੇ ਹਾਂ, ਬਾਈ ਤੋਂ ਜਾਣਕਾਰੀ ਪੂਰੀ ਲੈ ਦਿੰਦੇ ਹਾਂ। ਆਜੀ ਬਾਈ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਅਤੇ ਐਡਰੈਸ ਦੱਸ ਦਿਓ ਜੀ। ਨਾਂ ਸੁਖਦੀਪ ਸਿੰਘ, ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ, ਤਹਿਸੀਲ ਵੀ ਫਰੀਦਕੋਟ ਆ ਜੀ। ਮੋਬਾਈਲ ਨੰਬਰ ਬੋਲ 9644828248 9644828248 ਜੀ। ਠੀਕ ਹੈ ਜੀ। ਦੋਸਤੋ ਬਾਈ ਦਾ ਮੋਬਾਈਲ ਨੰਬਰ ਥੱਲੜਲੇ ਪਾਸੇ ਸਕਰੀਨ 'ਤੇ ਚੱਲਦਾ ਰਹਿਣਾ ਗਾ, ਉੱਪਰਲੇ ਪਾਸੇ ਮੇਰਾ ਨੰਬਰ ਆ ਬਾਈ। ਇੱਕ ਨੰਬਰ ਤੋਂ ਸ਼ੁਰੂ ਕਰ ਲੈਂਦੇ ਹਾਂ, ਫਿਰ ਇਹਦੇ ਤੋਂ ਹੀ ਕਰ ਲਈਏ ਸ਼ੁਰੂ। ਇਹ ਦੂਜਾ ਸੂਆ ਸੁਣਦੀ ਆ ਬਾਈ? ਦੂਜਾ ਸੂਆ ਸੁਣਦੀ ਆ ਬਾਈ। ਦੂਜਾ ਸੂਆ 10-12 ਦਿਨ ਲੈਂਦੀ ਹੈ ਹਜੇ, 10 ਕੁ ਦਿਨ। ਠੀਕ ਆ। ਮਗਰ ਪਿਛਲੇ ਸੂਏ ਜਿਹੜਾ ਇਹਨੇ ਮੰਨ ਲਓ ਵੀ ਦੁੱਧ ਦਾ ਰਿਕਾਰਡ ਰਿਹਾ 15-16 ਲੀਟਰ ਦਾ ਦੱਸਿਆ ਆਪਾਂ ਨੂੰ। ਠੀਕ ਆ ਬਾਈ। ਬਾਲਾ ਤਾਂ ਆਪਾਂ ਵੀ ਨਹੀਂ ਆਉਂਦੇ ਗਏ ਐਕਤੀ, ਅਤੇ 15-16 ਕਿਲੋ ਤਾਂ ਆਰਾਮ ਨਾਲ ਖੁੱਲ੍ਹਾ ਕਰੂਗੀ ਦੁੱਧ ਬਾਈ। ਠੀਕ ਆ ਬਈ, 15-16 ਕਿਲੋ। ਹਾਂ, ਨਾਲੇ ਕੱਦ ਕਾਠ ਵਾਲੀ ਬੈੜਾ, ਰਾਜੀ ਬੈੜਾ, ਕਿਹੜਾ ਲਿੱਸੀ ਆ ਕੋਈ। ਠੀਕ ਆ, ਸਹੀ ਆ ਦੋਸਤੋ। ਦੇਖ ਸਕਦੇ ਇੱਕ ਨੰਬਰ ਜੀ ਸਕਰੀਨ 'ਤੇ, ਬਲੈਕ ਕਲਰ 'ਚ ਪੈਂਦੀ ਹੈ, ਚੰਗੇ ਕੱਦ ਕੱਢਦੀ, ਬਾਕੀ ਰਾਜੀ ਆ, ਸਾਰੇ ਪਾਸੋਂ ਫਿਟਿੰਗ ਪਈ ਆ। ਅਤੇ 15-16 ਕਿਲੋ ਦੁੱਧ ਬਾਈ ਇਹਦਾ ਵੀ ਪਹਿਲੇ ਸੂਏ ਮਾਲਕਾਂ ਨੇ ਦੱਸਿਆ ਵੀ ਦਿੱਤਾ, ਉਮੀਦ 15-16 ਤੋਂ ਕਿ ਹੁਣ ਮੰਨ ਕੇ ਬਾਈ ਇਹਦਾ ਆਪਾਂ ਦੇਣੀ ਆ। 10-12 ਦਿਨਾਂ ਦੀ ਕੱਚੀ ਆ, ਉਸ ਹਿਸਾਬ ਨਾਲ ਹਵਾਨੇ ਦੀ ਜੱਜਮੈਂਟ ਕਰਿਓ, ਕਿਉਂਕਿ ਹਜੇ ਕੱਚੀ ਆ, ਦਿਨ ਕਾਫੀ ਲੈਂਦੀ ਆ। ਬਾਕੀ ਕਈ ਬੜਾ ਮੌਕੇ 'ਤੇ ਹੀ ਹਵਾਨਾ ਤਿਆਰ ਕਰਦੇ ਆ ਗਾਈਆਂ ਦਾ, ਖਾਸ ਕਰਕੇ ਉਸ ਹਿਸਾਬ ਨਾਲ ਹਵਾਨੇ ਦੀ ਜੱਜਮੈਂਟ ਕਰੋ। ਥਣਾ ਤੁਹਾਨੂੰ ਕੁਆਲਿਟੀ ਨੇੜੇ ਤੋਂ ਵੀ ਦਿਖਾ ਦਿੰਦੇ ਥਣਾ ਦੀ ਕੁਆਲਿਟੀ। ਉਹ ਬਾਈ ਠੰਡੀ ਸੀਲ ਆ? ਜਮਾਂ ਠੰਡੀ ਸੀਲ ਆ ਬਾਈ। ਠੀਕ ਆ, ਥਣਾ ਹਵਾਨਾ ਤੁਹਾਨੂੰ ਦਿਖਾਉਂਦੇ ਸਰ ਦੋਸਤੋ, ਉਸ ਹਿਸਾਬ ਨਾਲ ਜੱਜਮੈਂਟ ਕਰੋ। ਹਜੇ ਤਾਂ ਖੁੱਲਦੀ ਬਹੁਤ ਆ ਵੈੜ ਯਾਰ ਬਾਈ, ਪਿੱਛੋਂ ਹਜੇ ਪੂਰੇ ਵਾਲੀ ਪਏ ਆ ਹਜੇ। ਠੀਕ ਆ, ਖੁੱਲ੍ਹਣੀ ਬਹੁਤ ਆ ਵੈੜ। ਊਂ ਠੰਡੀ ਸੀਲ ਆ, ਹਜੇ 10-12 ਦਿਨ ਲੈਂਦੀ, ਉਸ ਹਿਸਾਬ ਨਾਲ ਕੱਚੀ ਆ ਜੀ, ਉਸ ਹਿਸਾਬ ਨਾਲ ਜੱਜਮੈਂਟ ਕਰੋ। ਥਣਾ ਹਵਾਨਾ ਆਪਾਂ ਨੇੜੇ ਤੁਹਾਨੂੰ ਦਿਖਾਤਾ, ਕੱਦ ਕਾਠ ਦਾ ਤੁਸੀਂ ਅੰਦਾਜ਼ਾ ਲਾ ਹੀ ਲੈਣਾ, ਬਲੈਕ ਕਲਰ 'ਚ ਪੈਂਦੀ ਹੈ, ਕਿਤੇ ਪਾਸੋਂ ਲੱਸੀ ਨਹੀਂ ਮਹਿਨੀ, ਰਾਜੀ ਪੂਰੀ ਆ ਬਈ। ਇਹਦੇ ਫਿਰ ਮੁੱਲ ਦੀ ਗੱਲ ਕਰੀਏ ਤਾਂ ਰੇਟ ਫਿਰ ਆਪਾਂ ਕਿੰਨਾ ਕਰਦੇ? 40 ਦੀ ਦੇ ਦੇਵਾਂਗੇ ਬਾਈ। 40,000 ਰੁਪਏ ਦੇ ਦੇਵਾਂਗੇ? ਹਾਂਜੀ। ਇਹਦੇ 'ਚ ਮਾਨ ਤਾਨ ਕਰ ਦੇਵਾਂਗੇ ਜੀ? ਕਰ ਦਾਂਗੇ ਮਾਨ ਤਾਨ। ਠੀਕ ਆ ਦੋਸਤੋ, ਮਾਨ ਤਾਨ ਤੁਹਾਡਾ ਹੋ ਜੂਗਾ 40,000 ਰੁਪਏ ਬਾਈ ਨੇ ਮੁੱਲ ਕਰਤਾ ਇਹਦਾ। ਅੱਗੇ ਚੱਲਦੇ ਹਾਂ ਬਾਈ 2 ਨੰਬਰ 'ਤੇ। ਇਹ ਬਾਈ ਅੱਜ ਹੀ ਸੂਈ ਆ ਤੜਕੇ। ਅੱਛਾ, ਤੜਕੇ ਸੂਈ ਅੱਜ? ਮਗਰ ਇਹਦੇ ਵੱਛਾ, ਦੂਜਾ ਸੂਆ ਇਹ ਸੂਈ ਆ ਜਿਹੜਾ ਤੜਕੇ ਆਪਾਂ ਇਹਦਾ ਬੋਲਾ ਚੋਇਆ। ਠੀਕ ਆ ਬਾਈ। 5-6 ਕਿਲੋ ਬੋਲਾ ਇਹਦਾ ਚੋਇਆ ਤੜਕੇ। ਅੱਛਾ, ਵੀ ਉਹ ਕੋਈ ਉਵੇਂ ਖਾਲੀ ਨਹੀਂ ਸੀ ਕੀਤੀ, ਅੱਧਾ ਅੰਗੂ ਵੀ ਨਹੀਂ ਸੀ ਚੋਇਆ ਗਾ, ਥੋੜੇ ਆ ਹੌਲੀ ਕੀਤੀ ਸੀਗੀ। ਹੌਲੀ ਕੀਤੀ ਸੀਗੀ? ਹਾਂਜੀ। ਤੇ ਜੇਰ ਬਈ ਪੈ ਗਈ? ਜੇਰ ਪੈ ਗਈ, ਫੋਟੋ ਵੀਡੀਓ ਆਪਣੇ ਕੋਲੇ ਪਈ ਆ ਜੇਰ ਦੀ। ਠੀਕ ਆ ਬਾਈ। ਤੇ ਪਿਛਲੇ ਸੂਏ ਦਾ ਦੁੱਧ ਦਾ ਕੀ ਇਹਦਾ ਰਿਕਾਰਡ ਰਿਹਾ? 17-18 ਲੀਟਰ ਦਾ ਰਿਕਾਰਡ ਦੱਸਿਆ ਬਾਈ ਇਹਦਾ, 17-18 ਕਿਲੋ। ਬਾਕੀ ਜਿਹੜੇ ਹਿਸਾਬ ਨਾਲ ਭਾਂਡਾ ਤੇ ਉਹ ਹਿਸਾਬ ਨਾਲ ਤਾਂ ਕੱਢੂਗੀ 17-18 ਆਰਾਮ ਨਾਲ ਖੁੱਲਾ, 17-18 ਮੰਨ ਕੇ ਕੋਈ ਲੈ ਜੇ। ਹਾਂ ਠੀਕ ਆ, ਧੂਰ ਦੀ ਮਾੜੇ ਦੋਸਤੋ। ਦੇਖ ਸਕਦੇ ਸੱਜਰ ਸੂਈ ਆ, ਮਗਰ ਬੱਚਾ ਜਿਹੜਾ ਮੇਲ ਕਾਫ ਆ, 17-18 ਕਿਲੋ ਦੁੱਧ ਦੀ ਕਪੈਸਿਟੀ ਮੰਨ ਕੇ ਲੈ ਜਾਓ। ਪਿਛਲੇ ਸੂਏ ਨਾਲ ਦਿੱਤਾ ਸਿੰਗ ਜ਼ਰੂਰ ਆ, ਬਾਕੀ ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ, ਥਣਾਂ ਦੀ ਕੁਆਲਿਟੀ ਵੀ ਤੁਹਾਨੂੰ ਦਿਖਾਵਾਂਗੇ, ਬੱਚਾ ਦੇਖ ਸਕਦੇ ਮਗਰ ਅੱਜ ਹੀ ਸੂਏ। ਜੇਰ ਇਹਦੀ ਓਕੇ ਆ, ਉਹਦੀ ਵੀਡੀਓ ਬਾਈ ਕੋਲ ਤੁਹਾਨੂੰ ਮਿਲ ਜੂਗੀ, ਥਣ ਹਵਾਨਾ ਤੁਹਾਨੂੰ ਦਿਖਾ ਦਿੰਦੇ। ਬਾਕੀ ਥਣ ਹਵਾਨਾ ਕਾਫੀ ਤਿਆਰ ਕੀਤਾ ਹੋਇਆ ਮੋੜ ਲਈ ਬਾਈ, ਉਮੀਦ ਆ ਬਾਈ ਇਹਦਾ ਵੀ 17-18 ਕਿਲੋ ਦੁੱਧ ਥੋੜ੍ਹਾ ਪਾਉਣਾ ਚਾਹੂਗਾ, ਬੱਚੇ ਦਾ ਕਰ ਦਈਏ ਨਾ ਜ਼ਿਆਦੇ। ਇਹ ਹਜੇ ਸੂਈ ਆ ਨਾ, ਇੱਕ ਆਈ ਅੱਜ ਤੜਕੇ ਆਪਣੇ ਕੋਲ। ਅੱਛਾ ਠੀਕ ਆ, ਉਹ ਮਤਲਬ ਜਿਵੇਂ ਸਵੇਰੇ ਤੁਸੀਂ ਬੋਲਾ ਚੋਇਆ ਵੀ ਚਵਾਈ ਦੀ ਕਿਵੇਂ ਬਾਈ? ਜਮਾਂ ਓਕੇ ਬਾਈ, ਪੈਰ ਵੀ ਨਹੀਂ ਪੜਦੀ ਗੀ। ਠੀਕ, ਹੁਣ ਧਾਰ ਧੂਰ ਵੀ ਪੁੱਲੀ ਆ? ਜਮਾਂ ਜਮਾਂ ਰੂੰ ਵਰਗੀ ਪੁੱਲੀ ਆ। ਠੀਕ ਆ ਦੋਸਤੋ, ਥਣ ਹਵਾਨਾ ਤੁਹਾਨੂੰ ਦਿਖਾ ਦਿੰਦੇ ਹਾਂ, ਦੇਖ ਸਕਦੇ ਪਿੱਛੋਂ ਤੋਂ ਹੀ ਹਵਾਨਾ, ਅੱਗੇ ਤੋਂ ਵੀ ਥਣ। ਨਾਲੇ ਇਹ ਨਹੀਂ ਕੋਈ ਟੁੱਟਮਾ ਹਵਾਨਾ, ਇਹ ਪੂਰਾ ਟੈਟ ਹਵਾਨਾ ਦੁੱਧ ਵਾਲਾ। ਠੀਕ ਆ, ਸਹੀ ਆ ਬਾਈ, ਹਵਾਨੇ ਦੀ ਜੱਜਮੈਂਟ ਕਰ ਲਓ ਦੋਸਤੋ। ਉਸ ਹਿਸਾਬ ਨਾਲ ਹਜੇ ਸਾਰਾ ਦੇਣੀ ਪਿਆ, ਸ਼ਾਮ ਦੀ ਚਵਾਈ ਹੋਣੀ ਹੈ, ਬਾਕੀ ਬੋਲੇ ਤੋਂ ਹਜੇ ਸਟਾਰਟਿੰਗ ਕਰਨੀ, ਅੱਜ ਹੀ ਸੂਈ ਆ। 17-18 ਕਿਲੋ ਦੁੱਧ ਬਾਈ ਜਾਂਦਾ ਵੀ ਉਮੀਦ ਇਹਨੂੰ ਪਾਉਣਾ ਚਾਹੀਦਾ, ਕਿਉਂਕਿ ਹਜੇ ਉਸ ਹਿਸਾਬ ਨਾਲ ਤੁਹਾਨੂੰ ਪਤਾ ਵੀ ਲੱਗ ਜੂਗਾ ਵੀ ਲਿਬੜੀ ਲੁਬੜੀ ਪਈ ਆ।
ਬਲੱਡ ਬਲੂਡ ਹੋਇਆ ਹੈਗਾ ਬੱਚੇ ਦੇ, ਉਹ ਨਾੜੂਗਾ ਵਿਖਾ ਦੇ ਉਵੇਂ ਲਹੂ ਵਾਲਾ ਨਾੜੂਗਾ ਹਜੇ ਤਾਂ। ਸਹੀ ਹੈ, ਨਾੜੂਆ ਵੀ ਦੇਖ ਸਕਦੇ ਤੁਸੀਂ, ਐਚ ਐਫ ਵੈਡ ਚੰਗੇ ਦੁੱਧ ਵਾਲੀ ਬਈ। ਇਹਦਾ ਫਿਰ ਮੁੱਲ ਦੱਸ ਦੇ ਕੀ ਕੀਤਾ? ਮੁੱਲ ਇਹਦਾ 48,000 ਜੀ। 48,000 ਰੁਪਇਆ? ਹਾਂਜੀ। ਇਹਦੇ 'ਚ ਮਾਨ ਤਾਨ ਕਰ ਦਿਓ? ਕਰ ਦਾਂਗੇ ਮਾਨ ਤਾਨ। ਠੀਕ ਹੈ ਦੋਸਤੋ, ਮੁੱਲ ਬਾਈ ਨੇ 48,000 ਕਰਤਾ, ਇਹਦੇ 'ਚੋਂ ਮਾਨ ਤਾਨ ਤੁਹਾਡਾ ਹੋ ਜੂਗਾ 30,000 ਵਾਲੇ। ਬਾਕੀ ਥਾਣਾ ਤੁਹਾਨੂੰ ਥਣ ਦੱਸਦੇ ਹੀ ਹੋਣੇ, ਗੁਲਾਬੀ ਥਾਣਾ, ਮਿਲਕ ਵੇਣ ਵੀ ਇਹਦੀ ਚੰਗੀ ਆਉਂਦੀ ਹੈ, ਮਾਨ ਤਾਨ ਤੁਹਾਡਾ ਹੋ ਜੂਗਾ। ਅੱਗੇ ਚੱਲਦੇ ਹਾਂ ਬਈ 3 ਨੰਬਰ ਬਾਰੇ। ਇਹ 3 ਨੰਬਰ ਵੇਖ ਰਹੇ ਬਈ, ਇਹਦੀ ਕੀ ਡਿਟੇਲ ਆ? ਇਹ ਵੀ ਬਾਈ ਸੂਈ ਨਾ 25-26 ਦਿਨ ਦੀ ਸੂਈ ਵੀ ਆ। ਠੀਕ ਆ ਬਾਈ। ਇਹ ਤਾਂ ਮੰਨ ਲਓ ਵੀ ਆਪਣੇ ਕੋਲ ਘਰੇ ਆਈ ਨੂੰ ਇਹਨੂੰ ਹੋ ਗਿਆ 5-6 ਦਿਨ, ਹਫ਼ਤੇ ਵਾਂਗੂ ਹੀ ਹੋ ਗਏ, ਤਾਂ ਘਰੇ ਚੋਣੇ ਆਪਾਂ। ਠੀਕ ਆ ਬਾਈ। ਤੇ ਇਹਦੇ ਮੰਨ ਲਾ ਵੀ ਅੱਜ ਤੜਕੇ 8 ਵਜੇ ਦੀ ਚੋਈ ਆ, ਉਸ ਹਿਸਾਬ ਨਾਲ ਹੀ ਇਹਨੇ ਆਪਦਾ ਹਵਾਨਾ ਜਿਹਾ ਦਿਖਾਉਣਾ। 10 ਕਿਲੋ ਦੁੱਧ ਕੰਡੇ ਦੇ ਤਲਾਉਂਦੀ ਆ, ਖੁੱਲ੍ਹਾ ਇਸ ਟਾਈਮ ਇਹ। ਅੱਛਾ, 10 ਕਿਲੋ? ਹਾਂ ਠੀਕ। ਇਹਦਾ ਬੱਚਾ ਡੈੱਡ ਹੋ ਗਿਆ ਸੀਗਾ ਗਰਮੀ ਦੇ ਕਾਰਨ। ਠੀਕ ਆ। ਤੇ 10 ਕਿਲੋ ਖੁੱਲ੍ਹਾ ਦੁੱਧ ਇਹਦੇ ਥੱਲੇ, ਭਾਵੇਂ 2 ਟਾਈਮ ਚਵਾਈ ਕਰ, ਭਾਵੇਂ 4 ਟਾਈਮ ਕੋਈ ਚੋਵੇ ਯਾਰ। ਠੀਕ ਆ ਦੋਸਤੋ, ਦੇਖ ਸਕਦੇ ਹੋ ਵੀ ਬੱਚਾ ਹੈ ਨਹੀਂ ਗਾ, ਸੂਈ ਸੁਵਾਈ ਬੈਠਾ। ਹੁਣ ਬੱਚਾ ਨੂੰ ਹਵਾਨੇ ਦੀ ਜੱਜਮੈਂਟ ਕਰੋ, ਸਿੰਘ ਇਹਦੇ ਵੀ ਜ਼ਰੂਰ ਆ। ਖੜਾ ਕਰਨਾ ਹੋਵੇ ਤਾਂ ਜਿਵੇਂ ਮਰਜ਼ੀ ਲਿਆ ਕੇ ਖੜਾ ਕਰ ਦਈਏ ਨਾਲ। ਠੀਕ ਠੀਕ ਹੈ ਨਾ, ਪਰ ਨਾ ਉਹ ਜ਼ਿੰਦਗੀ 'ਚ ਕੰਮ ਕੀਤਾ ਅਤੇ ਨਾ ਉਹ ਕਰਨਾ। ਸਹੀ ਹੈ, ਥਾਣਾ ਹਵਾਨਾ ਇਹਦਾ ਵੀ ਦਿਖਾ ਦਿੰਦੇ ਤੁਹਾਨੂੰ। 10 ਕਿਲੋ ਦੁੱਧ ਬਾਈਆਂ ਦਾ ਖੁੱਲ੍ਹਾ ਤਿਆਰ ਆ, ਭਾਵੇਂ 4 ਟਾਈਮ ਚਵਾਈ ਕਰ ਲਓ ਬਾਈ ਦੇ ਘਰੇ। ਊਂ ਬਾਈ ਇਹ ਚਵਾਈ ਦੀ ਕਿਵੇਂ ਤੁਹਾਡੇ ਕੋਲ? ਕਾਫੀ ਜਮ੍ਹਾਂ ਓਕੇ ਆ ਬਾਈ, ਘਰੇ ਚੋਈ ਕਰਕੇ ਮੈਂ ਤਸੱਲੀ ਦਿੰਦਾ ਇਹਦੀ। ਅੱਛਾ, ਜਮ੍ਹਾਂ ਓਕੇ? ਹਾਂ, ਇਹ ਵੀ ਘਰੇ ਚੋਈ ਆ, ਤੜਕੇ ਤਾਂ ਹੀ ਇਹਦੀ ਤਸੱਲੀ ਦਿੰਦੇ, ਗਰੰਟੀ ਪਾ। ਤਾਂ ਤੂੰ ਚੰਗਾ ਪੋਲੀ ਆ, ਜਮ੍ਹਾਂ ਪੋਲੀ ਬਾਈ। ਠੀਕ ਹੈ, ਥਾਣਾ ਹਵਾਨਾ ਦੇ ਦੁੱਧ ਵੀ ਚਿੱਟਾ ਨਾਲੇ ਮਹੀਆਂ ਵਾਂਗੂ, ਇਹ ਨਹੀਂ ਗਾ ਪੀਲਾ ਦੁੱਧ ਇਹਦਾ ਗਾਈਆਂ ਵਾਂਗੂ। ਠੀਕ ਹੈ, ਇਹਦਾ ਵੀ ਗੁਲਾਬੀ ਥਾਣਾ ਦੋਸਤੋ। ਹਵਾਨੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ, ਕਿਉਂਕਿ ਬਾਈਆਂ ਨੇ ਸਵੇਰੇ 8 ਵਜੇ ਹੀ ਚਵਾਈ ਕਰੀ ਹੈ ਇਹਦੀ, ਕਿਉਂਕਿ ਹਜੇ ਤੁਹਾਨੂੰ ਦੱਸਿਆ ਵੀ ਜਿਵੇਂ ਸਾਰਾ ਦਿਨ ਪਿਆ, ਉਸ ਹਿਸਾਬ ਨਾਲ ਹਵਾਨਾ ਤਿਆਰ ਕਰਨਾ। ਦੁੱਧ ਦੇ ਹਿਸਾਬ ਨਾਲ 10 ਕਿਲੋ ਦੁੱਧ ਬਾਈਆਂ ਦਾ 2 ਟਾਈਮ ਚਵਾਈ ਕਰ ਲਓ, ਭਾਵੇਂ 3 ਟਾਈਮ ਚਵਾਈ ਕਰ ਲਓ, ਤਸੱਲੀ ਕਰਕੇ ਲੈ ਜਾਓ ਬਾਈਆਂ ਦਾ। 10 ਕਿਲੋ ਦੁੱਧ ਖੁੱਲ੍ਹਾ ਤੁਹਾਨੂੰ ਮਿਲ ਜੂਗਾ। ਅਤੇ ਬਾਈ ਦਾ ਮੁੱਲ ਗੱਲ ਕਰੀਏ, ਰੇਟ ਦੱਸ ਦਿਓ ਤਾਂ ਕੀ ਤਾਂ? ਇਹ 24,000 ਦੀ ਦੇ ਦਾਂਗੇ ਯਾਰ। 24,000 ਦੀ ਦਿੰਦਾ? ਹਾਂਜੀ। ਠੀਕ ਆ ਦੋਸਤੋ, ਮੁੱਲ ਬਾਈ ਨੇ 24,000 ਕਰਤਾ, ਅਤੇ ਇਹਦੇ 'ਚ ਮਾਨ ਤਾਨ ਕਰ ਦੋਂਗੇ ਵੀਰ? ਕਰ ਦਾਂਗੇ ਮਾਨ ਤਾਨ। ਠੀਕ ਹੈ, ਮਾਨ ਤਾਨ ਦੋਸਤੋ ਹੋ ਜੂਗਾ, 24,000 ਬਾਈ ਨੇ ਮੁੱਲ ਕਰਤਾ ਸਸਤੇ ਭਾਅ 'ਚ। ਅਤੇ ਇੱਧਰ ਵੇਖ ਸਕਦੇ ਹੋ ਟੋਪ ਕੁਆਲਿਟੀ, ਬਾਕੀ ਇਹ ਵੀ ਥੋੜ੍ਹੀ ਗਰਮੀ ਰਹਿਤਾ, ਅਤੇ ਮਗਰ ਬੱਚਾ ਸੱਜਰ ਕਿਸੇ ਵੀਰ ਨੇ ਲੈਣੀ ਹੋਵੇ ਵੀ, ਸਾਰਾ ਸੀਜ਼ਨ ਗਰਮੀ ਦਾ ਵੀ ਗਾ, ਸਿਆਲ 'ਚ ਵੀ ਕੰਮ ਆਜੂਗੀ, ਦੁੱਧ ਲੰਮਾ ਟਾਈਮ ਦੇਊਗੀ, ਦੇ ਸਕਦੇ ਹੋ ਥਾਣਾ ਹਵਾਨਾ। ਅੱਜ ਹੀ ਸੂਈ ਹੈ, ਬਾਕੀ ਦੁੱਧ ਤੁਹਾਡੀ ਸੇਵਾ 'ਤੇ ਵੀ ਨਿਰਭਰ ਕਰਦਾ। ਮੁੱਲ ਸਾਰਿਆਂ ਦੇ ਵੀਡੀਓ ਦੇ ਵਿੱਚ ਕਰਦੇ ਬਾਈ ਨੇ, ਮਾਨ ਤਾਨ ਤੁਹਾਡਾ ਹੋ ਜੂਗਾ। ਬਾਕੀ ਬਾਈ ਦਾ ਨੰਬਰ ਸਕਰੀਨ 'ਤੇ ਚੱਲਦਾ ਰਹਿਣਾ, ਜਿਹੜੇ ਵੀਰ ਨੂੰ ਜਾਨਵਰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਲਿਓ। ਲਾਈਕ ਅਤੇ ਸ਼ੇਅਰ ਵੀਡੀਓ ਜ਼ਰੂਰ ਕਰਦਿਆ ਕਰੋ। ਵੀਡੀਓ ਦੇਖਣ ਲਈ ਧੰਨਵਾਦ ਦੋਸਤੋ, ਧੰਨਵਾਦ ਬਾਈ।